ਹੁਣ ਇੱਕ ਗੱਲ ਤਵੱਜੋ ਨਾਲ ਜ਼ਿਹਨ 'ਚ ਰੱਖ ਲਓ, ਤਿਲਾਵਤ ਕਲਾਮ ਪਾਕ ਤੋਂ ਮੈਂ ਆਗਾਜ਼ ਕਰਨਾ ਹੈ ਮਹਿਫਲੇ ਪਾਕ ਦਾ। ਜਿਹੜੇ ਬੰਦੇ ਸਾਰੇ ਸੰਗੀ ਨੇ, ਕੁਝ ਇੱਕ ਦੋ ਬੰਦੇ ਐਸੇ ਨੇ ਜਿਹੜੇ ਚਿਹਰਾ ਲੁਕਾ ਕੇ ਬੈਠੇ ਕਿ ਸਾਡੇ ਹੁਸਨ ਦੀ ਜਿਹੜੀ ਝਲਕ ਹੈ ਕੋਈ ਹੋਰ ਬੰਦਾ ਨਾ ਵੇਖ ਲਵੇ। ਚਿਹਰਾ ਦੋ ਵਜ੍ਹਾ ਤੋਂ ਲੁਕਾਇਆ ਜਾਂਦਾ ਹੈ, ਯਾ ਤੇ ਬਹੁਤ ਸੋਹਣਾ ਹੋਵੇ ਤੇ ਲੁਕਾਇਆ ਜਾਂਦਾ, ਤੇ ਯਾ ਬੰਦਾ ਕੋਈ ਇਹ ਜਿਹਾ ਕੰਮ ਕਰ ਲਵੇ ਕਿ ਮੂੰਹ ਲੁਕਾਉਣਾ ਪੈ ਜਾਏ। ਤੇ ਅਲਹਮਦੁਲਿਲਾ ਅਸੀਂ ਕਿਸੇ ਨੇ ਵੀ ਇਹ ਜਿਹਾ ਕੋਈ ਕੰਮ ਨਹੀਂ ਕੀਤਾ ਕਿ ਮੂੰਹ ਲੁਕਾਉਣਾ ਪੈ ਜਾਵੇ। ਅਸੀਂ ਤੇ ਸਰਕਾਰ ਦਾ ਜਸ਼ਨ ਸਜਾ ਕੇ ਬੈਠੇ, ਤੇ ਅਸੀਂ ਤੇ ਇੰਜ ਹੀ ਮੁਹੱਬਤ ਦੇ ਨਾਲ ਮੈਂ ਸਲਾਮ ਦਾ ਜਵਾਬ ਦਿੱਤਾ। ਤੇ ਇੱਕ ਅਰਜ਼ ਕਰਦਾ ਜਾਵਾਂ ਕਿ ਸੈਯਦਨਾ ਗੌਸੇ ਆਜ਼ਮ ਗਿਆਰਵੀਂ ਵਾਲਾ ਪੀਰ, ਉਮਰ ਏ 4 ਸਾਲ, ਕਿੰਨੀ ਉਮਰ ਏ? ਸਾਰੇ ਬੰਦੇ ਬੋਲ ਕੇ ਦੱਸੋ ਕਿੰਨੀ ਉਮਰ ਏ ਗੌਸੇ ਪਾਕ ਦੀ? 4 ਸਾਲ। ਨਕੀਬੇ ਮਹਿਫਿਲ ਬੜੇ ਖੂਬਸੂਰਤ ਅੰਦਾਜ਼ ਦੇ ਅੰਦਰ ਆਪਣੀ ਹਾਜ਼ਰੀ ਪੇਸ਼ ਕਰ ਰਹੇ ਸਨ ਸੈਯਦਨਾ ਗੌਸੇ ਆਜ਼ਮ ਰਹਿਮਤੁਲਾਹੀ ਤਾਲਾ ਅਲੇ। ਆਪ ਦੀ ਉਮਰ ਮੁਬਾਰਕ 4 ਸਾਲ, ਛੋਟੇ ਬੱਚੇ ਨੇ, ਦਰਵਾਜ਼ੇ ਤੇ ਦਸਤਕ ਹੋਈ, ਸੈਯਦਨਾ ਗੌਸੇ ਪਾਕ ਛੋਟੇ ਬੱਚੇ ਦੌੜ ਕੇ ਦਰਵਾਜ਼ੇ 'ਚ ਗਏ ਨੇ। ਇੱਕ ਸਾਇਲ ਆਇਆ ਏ, ਉਹਨੇ ਆਉਂਦਿਆਂ ਸਵਾਲੀ ਨੇ ਕਿਹਾ ਅਸਲਾਮੁ ਅਲੈਕੁਮ। ਸੈਯਦਨਾ ਗੌਸੇ ਪਾਕ ਕਿੱਡੇ ਬੱਚੇ ਨੇ? 4 ਸਾਲ ਦੇ। ਆਪਨੇ ਜਵਾਬ ਵਿੱਚ ਫਰਮਾਇਆ ਵਾਹ ਅਲੈਕੁਮ ਸਲਾਮ, ਵਾਹ ਅਲੈਕੁਮ ਸਲਾਮ। ਜਵਾਬ ਦੋ ਦਿੱਤੇ ਨੇ। ਮੈਂ ਇਹ ਸੁਣ ਕੇ ਆਇਆ ਸੀ ਲਾਹੌਰੋਂ ਕਿ ਜ਼ਿਲ੍ਹਾ ਉਕਾੜਾ ਦੇ ਇਸ ਪਿੰਡ ਦੇ ਜਿਹੜੇ ਲੋਕ ਨੇ ਬੜੇ ਬਰੀਕ ਨੇ ਤੇ ਬੜੀ ਹੀ ਬਰੀਕ ਤੋਂ ਬਰੀਕ ਗੱਲ ਸਮਝਦੇ ਨੇ। ਸੈਯਦਨਾ ਗੌਸੇ ਪਾਕ ਦੀ ਉਮਰ ਹੈ 4 ਸਾਲ। 4 ਸਾਲ ਦਾ ਬੱਚਾ ਜਿੱਡਾ ਕੁ ਹੁੰਦਾ ਹੈ ਸਾਨੂੰ ਪਤਾ ਹੈ, ਜਿੰਨੀ ਕੁ ਗੱਲ ਕਰਦਾ ਹੈ ਇਸ ਗੱਲ ਦਾ ਵੀ ਸਾਨੂੰ ਪਤਾ ਹੈ। ਸੈਯਦਨਾ ਗੌਸੇ ਆਜ਼ਮ ਇੱਕ ਵਾਰੀ ਸਲਾਮ ਦਾ ਜਵਾਬ ਨਹੀਂ ਦਿੱਤਾ, ਦੋ ਦਫ਼ਾ ਫਰਮਾਇਆ ਵਾਹ ਅਲੈਕੁਮ ਸਲਾਮ, ਵਾਹ ਅਲੈਕੁਮ ਸਲਾਮ। ਉਹ ਬਾਬਾ ਮਾੜਾ ਜਿਹਾ ਤੁਰਿਆ ਤੇ ਮੁੜ ਕੇ ਵੇਖਦਾ, ਪਹਿਲੇ ਉਹਨੇ ਕਿਹਾ ਵੀ ਬੱਚਾ ਇਹ ਦੋ ਵਾਰੀ ਗੱਲ ਕਰ ਛੱਡੀਏ, ਫਿਰ ਉਹਨੇ ਕਿਹਾ ਨਹੀਂ ਇਹ ਬੱਚਾ ਸੈਯਦਾਂ ਦਾ ਬੱਚਾ ਹੈ, ਸੈਯਦਾਂ ਦਾ ਬੱਚਾ ਤੇ ਐਵੇਂ ਬੋਲਦਾ ਹੀ ਨਹੀਂ। ਹੁਣ ਜਿਹੜੀ ਗੱਲ ਹੈ ਇਸ ਗੱਲ 'ਚ ਇੰਨਾ ਕੁ ਜ਼ੋਰ ਹੈ ਕਿ ਤੁਸੀਂ ਸੋਚ ਨਹੀਂ ਸਕਦੇ। ਤਵੱਜੋ ਫਰਮਾਇਆ ਜੀ, ਦੋ ਦਫ਼ਾ ਜਵਾਬ ਕਿਉਂ ਦਿੱਤਾ? ਬਾਬੇ ਪੁੱਛ ਲਿਆ ਪੁੱਤਰ ਮੈਂ ਸਲਾਮ ਹਿੱਕ ਬੁਲਾਇਆ, ਤੂੰ ਜਵਾਬ ਦੋ ਕਿਉਂ ਇਰਸ਼ਾਦ ਫਰਮਾਏ ਨੇ? ਸੈਯਦਨਾ ਗੌਸੇ ਪਾਕ ਫਰਮਾਇਆ ਬਾਬਾ ਜੀ ਮੇਰੀ ਉਮਰ ਹੈ 4 ਸਾਲ ਤੇ ਤੁਸੀਂ 4 ਸਾਲ ਪਹਿਲਾਂ ਵੀ ਆਏ ਸੋ। ਕੁਝ ਬੰਦੇ ਪਹੁੰਚੇ ਨੇ, ਕੁਝ ਨਹੀਂ ਪਹੁੰਚੇ। ਉਮਰ ਹੈ 4 ਸਾਲ, ਸੈਯਦਨਾ ਗੌਸੇ ਪਾਕ ਫਰਮਾਇਆ ਬਾਬਾ ਜੀ 4 ਸਾਲ ਪਹਿਲਾਂ ਵੀ ਤੁਸੀਂ ਇੱਕ ਵਾਰੀ ਸਾਡੇ ਦਰਵਾਜ਼ੇ ਤੇ ਆਏ ਸੋ, ਤੁਸੀਂ ਉਦੋਂ ਵੀ ਸਲਾਮ ਬੁਲਾਇਆ ਸੀ, ਮੈਂ ਆਪਣੀ ਮਾਂ ਦੇ ਪੇਟ 'ਚ ਤੁਹਾਡਾ ਸਲਾਮ ਤੇ ਸੁਣਦਾ ਸੀ। ਅੱਲਾਹੁ ਅਕਬਰ ਯਾ ਰਸੂਲ ਅੱਲਾਹ ਸੱਲ੍ਹਾ ਹੱਕ ਚਾਰਿਆ ਯਾ ਅਲੀ ਹੈਦਰ ਯਾ ਗੌਸੇ ਜ਼ਿੰਦਾਬਾਦ। ਫਰਮਾਇਆ 4 ਸਾਲ ਪਹਿਲਾਂ ਵੀ ਤੁਸੀਂ ਆਏ ਸੋ। ਇੱਕ ਸਲਾਮ ਦਾ ਜਵਾਬ ਪਿਛਲਾ ਦਿੱਤਾ ਹੈ, ਇੱਕ ਹੁਣ ਵਾਲੇ ਦਾ ਦਿੱਤਾ ਹੈ। ਸਾਡੇ ਵੱਡੇ ਤੇ 4 ਸਾਲ ਪਹਿਲਾਂ ਬੋਲੇ ਸਲਾਮ ਨੂੰ ਨਹੀਂ ਭੁੱਲਦੇ ਤੇ ਅਸੀਂ ਹੁਣ ਵਾਲੇ ਨੂੰ ਭੁੱਲ ਜਾਈਏ, ਇਹ ਨਹੀਂ ਹੋ ਸਕਦਾ। ਤੇ ਹੁਣ ਤਿਲਾਵਤ ਕਲਾਮੇ ਪਾਕ ਤੋਂ ਮੈਂ ਮਹਿਫਿਲੇ ਪਾਕ ਬਕਾਇਦਾ, ਚੁੰਕਿ ਅਸੀਂ ਲੋਕ ਬਹੁਤ ਹੀ ਲੇਟ ਹੋ ਚੁੱਕੇ ਹਾਂ, ਤੇ ਜਲਦੀ ਜਲਦੀ ਮੈਂ ਇਨਸ਼ਾਅੱਲਾ ਮੇਰੇ ਅਵਾਨ ਦੇ ਵਿੱਚ ਜਿੰਨੇ ਵੀ ਸਨਾ ਖਾਨ ਨੇ, ਔਰ ਇਨਸ਼ਾਅੱਲਾ ਮੈਂ ਜਲਦੀ ਜਲਦੀ ਇਨਸ਼ਾਅੱਲਾ ਸਫ਼ਰ ਕਰਦੇ ਹੋਇਆਂ ਕਿਬਲਾ ਹਜ਼ਰਤ ਆਲਾਮਾ ਮੌਲਾਨਾ ਕਾਰੀ ਮੁਹੰਮਦ ਸ਼ਾਹਬਾਜ਼ ਹਨੀਫ ਅਸਵੀ ਸਾਹਿਬ ਜੋ ਕਿ ਸਾਡੇ ਨਾਲ ਲਾਹੌਰ ਤੋਂ ਤਸ਼ਰੀਫ ਲਿਆਏ ਨੇ, ਆਪ ਦੇ ਤੱਕ ਮੈਂ ਪਹੁੰਚਣਾ ਹੈ। ਤੇ ਇਬਤਦਾ ਦੇ ਅੰਦਰ ਮੈਂ ਤੁਹਾਨੂੰ ਜ਼ਰਾ ਦੱਸ ਦੇਵਾਂ ਕਿ ਤੁਹਾਡੀ ਤੇ ਮੇਰੀ ਜਿਹੜੀ ਡਿਊਟੀ ਹੈ ਨਾ ਇਹ ਬੜੀ ਸਖ਼ਤ ਹੈ। ਇਹ ਸਨਾ ਖਾਨਾ ਨੇ ਆਉਣਾ, ਇਹਨਾਂ ਪੜ੍ਹਦਿਆਂ ਜਾਣਾ, ਤੁਸੀਂ ਵੀ ਇੱਥੇ ਹੀ ਹੋ ਤੇ ਮੈਂ ਵੀ ਇੱਥੇ ਹੀ, ਠੀਕ ਹੈ? ਤੇ ਇੰਜ ਦਾ ਮੇਰੇ ਨਾਲ ਨਾਲ ਚੱਲਣਾ। ਹੁਣ ਜ਼ਰਾ ਮਹਿਫਲੇ ਪਾਕ ਦਾ ਪਹਿਲਾ ਨਾਰਾ ਬੁਲੰਦ ਕਰੋ, ਮੈਨੂੰ ਪਤਾ ਲੱਗੇ ਤੁਸੀਂ ਕਿੰਜ ਦਾ ਸੁਣਨ ਵਾਸਤੇ ਬੈਠੇ ਹੋ। ਨਾਰਾ ਏ ਤਕਬੀਰ, ਨਾਰਾ ਏ ਤਕਬੀਰ। ਉਸ ਰੱਬ ਦੀ ਹਮਦ ਬੁਲੰਦ ਕਰਨੀ ਹੈ ਕਿ ਜਿਹੜਾ ਰੱਬ ਸਾਨੂੰ ਔਲਾਦ ਦਿੰਦਾ ਹੈ, ਰਿਜ਼ਕ ਦਿੰਦਾ ਹੈ, ਜਾਨ ਦਿੰਦਾ ਹੈ, ਮਾਲ ਦਿੰਦਾ ਹੈ, ਇਹ ਹੱਥ ਦਿੱਤੇ ਕਾਇਨਾਤ ਦੀਆਂ ਸਾਰੀਆਂ ਨੇਮਤਾਂ ਸੋਨੇ ਖੁਦਾ ਨੇ ਸਾਨੂੰ ਅਤਾ ਫਰਮਾਈਆਂ, ਤੇ ਬਦਲੇ 'ਚ ਮੰਗਿਆ ਕੁਝ ਨਹੀਂ, ਸਿਰਫ ਇੱਕ ਗੱਲ ਮੰਗੀ ਹੈ ਕਿ ਜਦੋਂ ਵੀ ਮੇਰੇ ਮਹਿਬੂਬ ਦਾ ਜ਼ਿਕਰ ਕਰਨਾ ਹੈ ਤੇ ਆਪਣੇ ਸੀਨਿਆਂ ਨੂੰ ਖੋਲ੍ਹ ਕੇ ਤੇ ਹੱਥਾਂ ਨੂੰ ਬੁਲੰਦ ਕਰਕੇ ਨਾਰਾ ਰਿਸਾਲ, ਨਾਰਾ ਰਿਸਾਲ, ਨਾਰਾ ਹਾਜ਼ਰੀ, ਨਾਰਾਏ ਗੌਸੀਆ।
अल्लाह पाक साहब नूं सलामत रखे। तिलावत कलाम पाक समात फरमाओ और उस तो बाद इंशाअल्लाह महफिल पाक दा आगाज़ करा।